ਘੰਟਾ ਖੰਡ ਉੱਥੇ ਰੱਖ ਲੈਂਦਾ, ਕਾਹਲੀ ਕੀ ਸੀ ਇੱਥੇ ਲਿਆਉਣ ਦੀ, ਥੋੜਾ ਸਟੇਬਲ ਹੋ ਜਾਂਦੀ ਫਿਰ ਲੈ ਆਉਂਦਾ। ਮੈਂ ਕਿਹਾ ਨਾ ਉਹਨਾਂ ਨੇ ਹੁਣ ਜਿਹੜੀ ਹਾਲਤ ਜਿਹਨੂੰ ਭੇਜਣਾ ਨਹੀਂ ਚਾਹੀਦਾ ਸੀ ਉਦੋਂ ਭੇਜਿਆ ਉਹਨਾਂ ਨੇ। ਆਪਣੀ ਇੱਕ ਘਟੀਆ ਅਤੇ ਮਾੜੇ ਸਿਸਟਮ ਦੀ ਭੇਂਟ ਚੜ ਗਈ ਉਹ ਭੈਣ। ਉਹਦੇ ਸੰਸਕਾਰ ਬਾਰੇ ਦੁਪਹਿਰ ਤੋਂ ਲੱਗੇ ਹੋਏ ਸੀ ਗੱਲ ਕਰਨ ਵੀ ਕੋਈ ਰਿਸ਼ਤੇਦਾਰ ਤੁਸੀਂ ਬੁਲਾ ਲਓ, ਕੀ ਕਰਨਾ, ਕਿੱਥੇ ਲੈ ਕੇ ਜਾਣਾ, ਸਾਨੂੰ ਐਂ ਸੀ ਇਹਨਾਂ ਨੇ ਉੱਥੇ ਲੈ ਕੇ ਜਾਣਾ ਹੋਣਾ ਪਿੰਡ। ਪਰ ਬਬਲੂ ਵੀਰਾ ਵੀ ਭੁੱਬੀ ਰੋਣ ਲੱਗ ਗਿਆ, ਕਹਿੰਦਾ ਬਾਈ ਕੋਈ ਹੈ ਹੀ ਨਹੀਂ, ਮੈਂ ਜੇ ਧਾਮਪੁਰ ਵੀ ਲੈ ਕੇ ਜਾਊਂ ਉੱਥੇ ਵੀ ਮੈਂ ਇਕੱਲਾ ਹੀ ਹਾਂ। ਸਤਨਾਮ 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 ਜੀ, ਜਪੋ ਸਤਨਾਮ 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 ਜੀ, ਸਤਨਾਮ ਸਤਨਾਮ ਜੀ। ਜਪੋ ਸਤਨਾਮ 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 ਜੀ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸੁਪਨਿਆਂ ਦੇ ਘਰ ਵਿੱਚ ਇੱਕ ਹੋਰ ਸੁਰਿੰਦਰ ਕੌਰ ਸਦੀਵੀਂ ਵਿਛੋੜਾ ਦੇ ਕੇ ਇਸ ਦੁਨੀਆਂ ਤੋਂ ਰੁਖਸਤ ਹੋ ਗਈ ਆ। ਇਹ ਭੈਣ ਦਾ ਸੁਪਨਿਆਂ ਦੇ ਘਰ ਨਾਲ ਰਿਸ਼ਤਾ ਕਰੀਬ 1.5 ਸਾਲ ਤੋਂ ਸੀ। ਇਹ 2023 ਦੇ ਵਿੱਚ ਭੈਣ ਪਹਿਲੀ ਵਾਰ 19 ਜਨਵਰੀ ਨੂੰ ਦਵਾਈ ਲੈਣ ਆਏ ਸੀ। UP ਤੋਂ ਰਾਪੁਰ ਪਿੰਡ ਆ ਬਿਜਨੌਰ ਜ਼ਿਲ੍ਹਾ ਧਾਮਪੁਰ, ਅਤੇ ਇੱਥੇ ਕੈਂਪ ਦੇ ਵਿੱਚ ਭੈਣ ਨੂੰ ਜਦੋਂ ਲੈ ਕੇ ਆਏ ਉਹਦਾ ਭਰਾ ਬਹੁਤ ਅਪਸੈਟ ਸੀ। ਭੈਣ ਭੰਨ ਤੋੜ ਕਰਦੀ ਸੀ, ਕੁੱਟਮਾਰ ਕਰਦੀ ਸੀ, ਬਹੁਤ ਹੀ ਜ਼ਿਆਦਾ ਅਪਸੈਟ ਸੀ, ਕਿਉਂਕਿ ਇੱਕ ਤਾਂ ਇੱਕ ਸਹੁਰਿਆਂ ਵੱਲੋਂ ਦਿੱਤਕਾਰਤੀ ਬੱਚਾ ਸੀ, ਇੱਕ ਉਹਦੀ ਡੈੱਥ ਹੋ ਗਈ ਸੀ, ਪੇਕੀ ਬੈਠੀ ਸੀ, ਪੇਕਿਆਂ ਲਈ ਵੀ ਮਾਂ ਪਿਓ ਹੈ ਨਹੀਂ ਸੀ, ਭਰਾ ਹੀ ਸੀ ਇਕੱਲਾ ਬਲਜਿੰਦਰ ਸਿੰਘ ਬਬਲੂ ਵੀਰ, ਇਹ ਵੀ ਇਕੱਲਾ ਹੀ ਰਹਿੰਦਾ ਸੀ। ਅਤੇ ਘਰ 'ਚ ਦੋਨੇ ਭੈਣ ਭਰਾ ਹੀ ਸੀਗੇ, ਉਹ ਡਿਪਰੈਸ਼ਨ ਇੰਨਾ ਜ਼ਿਆਦਾ ਵੱਧ ਗਿਆ, ਅਪਸੈੱਟ ਹੋ ਗਈ ਭੈਣ। ਤਾਂ ਵੀਰ ਹੋਣਾ ਨੇ ਸਾਡੀਆਂ ਵੀਡੀਓ ਦੇਖਦੇ ਸੀ, ਜਰਨੈਲ ਸਿੰਘ ਜੀ ਇਹਨਾਂ ਦੇ ਮਾਮਾ ਜੀ ਨੇ ਜਲੰਧਰ ਤੋਂ ਹੀ, ਇਹਨਾਂ ਨਾਲ ਇਹਨਾਂ ਨੇ ਰਾਬਤਾ ਕੀਤਾ ਅਤੇ ਇੱਥੇ ਲੁਧਿਆਣੇ ਸੁਪਨਿਆਂ ਦੇ ਘਰ ਦਵਾਈਆਂ ਦੇ ਲੰਗਰ ਲੱਗਦੇ ਆ, ਹਰ 15 ਦਿਨਾਂ ਬਾਅਦ ਕੈਂਪ ਲੱਗਦੇ ਆ, ਉਹਦੇ ਵਿੱਚ ਭੈਣ ਨੂੰ ਲੈ ਕੇ ਆਏ। ਭੈਣ ਦਾ ਇੱਥੇ ਇਲਾਜ ਸ਼ੁਰੂ ਹੋਇਆ, 7-8 ਦਿਨ ਇੱਥੇ ਰਹੇ ਵੀ ਸਾਡੇ ਕੋਲ, ਉਸ ਤੋਂ ਬਾਅਦ ਠੀਕ ਹੋ ਕੇ ਵਾਪਸ ਧਾਮਪੁਰ ਚਲੇ ਗਏ UP, ਅਤੇ ਹਰ ਮਹੀਨੇ ਭੈਣ ਭਰਾ ਆਉਂਦੇ ਦਵਾਈ ਲੈ ਜਾਂਦੇ। ਪਿਛਲੇ 1.5 ਸਾਲ ਤੋਂ ਨਿਰੰਤਰ ਲਗਾਤਾਰ ਇਹ ਦਵਾਈ ਚੱਲਦੀ ਸੀ ਭੈਣ ਦੀ, ਬਿਲਕੁਲ ਠੀਕ ਹੋ ਗਈ ਸੀ ਭੈਣ, ਹੁਣ ਆਪਦੇ ਕੰਮ ਕਾਰ ਸਾਂਭਣ ਜੋਗੀ ਕਰਨ ਜੋਗੀ ਹੋ ਗਈ ਸੀਗੀ, ਅਤੇ ਦੋਨੋਂ ਭੈਣ ਭਰਾ ਇੱਕ ਦੂਜੇ ਦਾ ਸੁੱਖ ਦੁੱਖ ਸੁੱਖ ਵੰਡੀ ਜਾਂਦੇ ਸੀ। ਪਰ
18 ਤਰੀਕ ਦਾ ਕੈਂਪ ਮੰਗਲਵਾਰ ਦਾ, ਪਤਾ ਨਹੀਂ ਕਿੱਦਾਂ ਦੀ ਸਵੇਰ ਚੜ੍ਹੀ ਸੀ। ਇਹ ਯੂਪੀ ਤੋਂ ਆਏ ਸੀ ਦਵਾਈ ਲੈਣ, ਗਰਮੀ ਵੀ ਅੰਤਾਂ ਦੀ ਸੀਗੀ। ਅਸੀਂ ਇਸ ਵਾਰ ਕੈਂਪ ਵੀ ਸਾਜਰੇ ਸ਼ੁਰੂ ਕੀਤਾ ਸੀ 8 ਵਜੇ, ਵੀ ਜ਼ਿਆਦਾ ਗਰਮੀ ਦੇ ਕਾਰਨ ਛੇਤੀ ਟਾਈਮ ਨਾਲ ਕੰਮ ਨਿਬੜ ਜਾਵੇ। ਅਤੇ ਦਵਾਈਆਂ ਲੈਂਦੇ ਲੈਂਦੇ 2:30 ਵੱਜ ਗਏ ਇਹਨਾਂ ਨੂੰ ਇੱਥੋਂ। ਦਵਾਈਆਂ ਲੈ ਕੇ ਦੋਨੋਂ ਭੈਣ ਭਰਾ ਇੱਥੋਂ ਆਟੋ ਦੇ ਵਿੱਚ ਰੋਡ 'ਤੇ ਗਏ, ਉੱਥੋਂ ਬੱਸ ਚੜ੍ਹੇ, ਲੁਧਿਆਣੇ ਬੱਸ ਅੱਡੇ ਚਲੇ ਗਏ। ਬੱਸ ਅੱਡੇ ਤੋਂ ਲੁਧਿਆਣੇ ਸਟੇਸ਼ਨ 'ਤੇ ਜਾ ਰਹੇ ਸੀ ਤਾਂ ਰਿਕਸ਼ੇ ਦੇ ਵਿੱਚ ਬੈਠੀ ਬੈਠੀ ਭੈਣ ਨੂੰ ਪ੍ਰੋਬਲਮ ਆ ਗਈ, ਇੱਕ ਸਾਈਡ ਨੂੰ ਲੁਟਕ ਗਈ, ਬੇਹੋਸ਼ ਹੋਣ ਲੱਗ ਗਈ, ਸਾਹ ਖਿੱਚਵੇਂ ਲੈਣ ਲੱਗ ਗਈ। ਭਰਾ ਨੇ ਫਟਾਫਟ ਆਟੋ ਵਾਲੇ ਨੂੰ ਕਿਹਾ, ਨੇੜੇ ਹਸਪਤਾਲ 'ਚ ਲੈ ਗਏ, ਉੱਥੇ ਲਿਜਾ ਕੇ ਇਹਨੂੰ ਫਟਾਫਟ ਉਤਾਰਿਆ, ਅੰਦਰ ਲੈ ਗਏ। ਉਹਨਾਂ ਨੇ ਹਾਲਤ ਦੇਖ ਕੇ ਭੈਣ ਨੂੰ ਫਸਟ ਏਡ ਵੀ ਨਹੀਂ ਦਿੱਤੀ, ਵਾਪਸ ਭੇਜਤਾ ਵੀ ਤੁਸੀਂ ਵੱਡੇ ਹਸਪਤਾਲ ਲੈ ਜਾਓ ਕਿਸੇ। ਉਹਦਾ ਭਰਾ ਬਬਲੂ ਕਹਿੰਦਾ ਵੀ ਰਿਹਾ ਵੀ ਤੁਸੀਂ ਇੱਥੇ ਰੱਖ ਲਓ, ਥੋੜ੍ਹੀ ਜਿਹੀ ਤਾਂ ਮਦਦ ਕਰੋ, ਕੋਈ ਇਹਨੂੰ ਥੋੜ੍ਹਾ ਬਹੁਤਾ ਤਾਂ ਇਲਾਜ ਕਰੋ, ਘੰਟਾ 2 ਘੰਟੇ, ਕੋਈ ਨਾ ਮੈਂ ਕਰਦਾ ਕੁਛ, ਮੇਰੇ ਕੋਲ ਪੈਸੇ ਵੀ ਨਹੀਂ ਕੋਲੇ, ਮੈਂ ਬੁਲਾਉਣਾ ਆਪਦੇ ਮਾਮਾ ਜੀ ਨੂੰ। ਪਰ ਉਹਨਾਂ ਨੇ ਇੱਕ ਨਹੀਂ ਸੁਣੀ, ਦਾਖਲ ਨਹੀਂ ਕੀਤਾ ਐਂਬੂਲੈਂਸ ਦੇ ਵਿੱਚ ਪਾ ਕੇ। ਇਹਨੂੰ ਕਹਿੰਦੇ ਦੱਸ ਕਿੱਥੇ ਜਾਣਾ, ਤਾਂ ਬਬਲੂ ਕਹਿੰਦਾ ਵੀ ਮੇਰੇ ਕੋਲ ਤਾਂ ਕੋਈ ਪੈਸਾ ਨਹੀਂ, ਮਨੁੱਖਤਾ ਦੀ ਸੇਵਾ 'ਤੇ ਲੈ ਜਾਓ ਸਾਨੂੰ ਵਾਪਸ, ਵੀ ਉੱਥੋਂ ਅਸੀਂ ਦਵਾਈ ਲੈ ਕੇ ਆਏ ਹਾਂ। ਉੱਥੋਂ ਘੰਟੇ ਸਵਾ ਘੰਟੇ ਦੇ ਵਿੱਚ ਇੱਥੇ ਪਹੁੰਚੇ, ਸਫ਼ਰ ਇੰਨਾ ਸੀਗਾ ਸ਼ਹਿਰ ਦੇ ਵਿੱਚ ਦੀ ਸਾਰਾ ਕ੍ਰੋਸ ਕਰਦੇ ਹੋਏ ਇੱਥੇ ਆਏ। ਅਸੀਂ ਵੀ ਕੈਂਪ 'ਚ ਬਿਜੀ ਸੀ ਸਾਰੇ, ਅਤੇ ਜਦੋਂ ਇਹਨਾਂ ਨੂੰ ਅਸੀਂ ਐਂਬੂਲੈਂਸ 'ਚ ਬੈਠਿਆਂ ਦੇਖਿਆ ਜਾਂਦਿਆਂ ਤਾਂ ਮੈਂ ਰੋਕਿਆ, ਮੈਂ ਕਿਹਾ ਕੀ ਗੱਲ ਹੋ ਗਈ। ਜਦੋਂ ਭੈਣ ਦੀ ਹਾਲਤ ਦੇਖੀ, ਬੜੇ ਔਖੇ ਔਖੇ ਸਾਹ ਲੈ ਰਹੇ ਸੀ, ਮੂੰਹ ਦੇ ਵਿੱਚੋਂ ਇਹਨਾਂ ਦੀ ਉਲਟੀ ਨਿਕਲ ਰਹੀ ਸੀ ਬਾਹਰ, ਜਿਹੜਾ ਇੱਥੇ ਪ੍ਰਸ਼ਾਦਾ ਛਕਿਆ ਸੀ ਚੌਲ ਵਗੈਰਾ ਉਹ ਸਾਰੇ ਬਾਹਰ ਆਈ ਜਾਂਦੇ ਸੀ। ਅਸੀਂ ਫਟਾਫਟ ਹੀ ਗੱਡੀ ਇੱਥੇ ਲੈ ਕੇ ਆਉਂਦੀ ਜਿੱਥੇ ਹੁਣ ਇਸ ਟਾਈਮ ਭੈਣ ਮੰਜੇ 'ਤੇ ਪਈ ਆ, ਇੱਥੋਂ ਚੱਕਿਆ ਫਟਾਫਟ ਹੋਸਪਿਟਲ 'ਚ ਲੈ ਗਏ। ਉੱਥੇ ਡਾਕਟਰਾਂ ਨੇ ਦੇਖਦੇ ਸਾਰ ਹੀ ਚੈੱਕ ਕਰਕੇ ਮ੍ਰਿਤਕ ਘੋਸ਼ਣ ਕਰਤਾ ਵੀ ਇਹ ਭੈਣ ਦੀ ਸਵਾਸਾਂ ਦੀ ਪੂੰਜੀ ਹੈ ਜਿਹੜੀ ਉਹ ਪੂਰੀ ਹੋ ਚੁੱਕੀ ਆ, ਪ੍ਰਾਣ ਆ ਜਿਹੜੇ ਉਹ ਪਖੇਰੂ ਹੋ ਚੁੱਕੇ। ਅਤੇ ਭਰਾ ਤੋਂ ਵਿਚਾਰੇ ਤੋਂ ਲੱਤਾਂ 'ਤੇ ਖੜਨਾ ਹੋਵੇ, ਭੈਣ ਦੀ ਇਹ ਹਾਲਤ ਦੇਖ ਕੇ ਚਲੋ ਬਾਈ ਨੂੰ ਬਿਠਾਇਆ, ਇਹਨਾਂ ਨੇ ਨੰਬਰ ਲੈ ਕੇ ਮਾਮਾ ਜੀ ਨੂੰ ਫੋਨ ਕੀਤਾ, ਉਹਨਾਂ ਨੂੰ ਦੱਸਿਆ ਵੀ ਆਹ ਗੱਲ ਹੋ ਗਈ ਜਰਨੈਲ ਸਿੰਘ ਜੀ ਨੂੰ, ਅਤੇ ਵਿਚਾਰੇ ਬੁੱਢੇ ਬਾਰੇ ਇਹਨਾਂ ਦੇ ਵੀ ਸੱਟਾਂ ਲੱਗੀਆਂ ਹੋਈਆਂ ਸੀਗੀਆਂ, ਆਪ ਠੀਕ ਨਹੀਂ ਘਰੇ, ਇਹ ਵੀ ਇਕੱਲੇ ਕਹਿ ਰਹੀ ਆ, ਨਾ ਕੋਈ ਭਰਾ ਨਾ ਕੋਈ ਭੈਣ ਹੋਰ, ਇਹ ਇੱਥੇ ਪਹੁੰਚ ਗਏ ਸਾਡੇ ਕੋਲ। ਇੱਥੇ ਆ ਕੇ ਗੱਲ ਕੀਤੀ ਵੀ ਹੁਣ ਕੀ ਕਰਨਾ ਵਾ, ਅਤੇ ਸ਼ਾਮ ਜਦ ਤੱਕ ਰਾਤ ਹੋ ਗਈ ਸੀਗੀ, ਕੱਲ੍ਹ ਸਵੇਰ ਦੇ ਅਸੀਂ ਭੈਣ ਸੁਰਿੰਦਰ ਦੇ ਸੰਸਕਾਰ ਬਾਰੇ ਦੁਪਹਿਰ ਤੋਂ ਲੱਗੇ ਹੋਏ ਸੀ ਗੱਲ ਕਰਨ ਵੀ ਕੋਈ ਰਿਸ਼ਤੇਦਾਰ ਤੁਸੀਂ ਬੁਲਾ ਲਓ, ਕੀ ਕਰਨਾ, ਕਿੱਥੇ ਲੈ ਕੇ ਜਾਣਾ, ਸਾਨੂੰ ਐਂ ਸੀ ਇਹਨਾਂ ਨੇ ਉੱਥੇ ਲੈ ਕੇ ਜਾਣਾ ਹੋਣਾ ਪਿੰਡ। ਪਰ ਬਬਲੂ ਵੀਰਾ ਵੀ ਭੁੱਬੀ ਰੋਣ ਲੱਗ ਗਿਆ, ਕਹਿੰਦਾ ਬਾਈ ਕੋਈ ਹੈ ਹੀ ਨਹੀਂ, ਮੈਂ ਜੇ ਧਾਮਪੁਰ ਵੀ ਲੈ ਕੇ ਜਾਊਂ ਉੱਥੇ ਵੀ ਮੈਂ ਇਕੱਲਾ ਹੀ ਹਾਂ, ਵੀ ਨਾ ਸਾਡੇ ਕੋਈ ਦਾਦਕਿਆਂ 'ਚ ਰਿਹਾ, ਨਾ ਕੋਈ ਨਾਨਕਿਆਂ 'ਚ ਰਿਹਾ, ਨਾ ਚਾਚੇ ਨਾ ਤਾਏ, ਉਹ ਵੀ ਪੂਰੇ ਹੋ ਗਏ ਨੇ, ਮਾਮੇ ਮਾਸੀਆਂ ਉਹ ਵੀ ਸਾਰੇ
ਇੱਕੋ ਹੀ ਮਾਮਾ ਉਹ ਆ ਗਿਆ। ਦੇਖੋ ਅੱਜ ਦੇ ਯੁੱਗ ਦੇ ਵਿੱਚ ਇਨਸਾਨ ਆਪਣੇ ਦੁੱਖ ਦੇ ਵਿੱਚ ਤਾਂ ਇਕੱਲਾ ਵਾ, ਸੁੱਖ ਦੇ ਸਾਥੀ ਤਾਂ ਬਹੁਤ ਨੇ। ਪਰ ਇਹੀ ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਲੀਕਿਆ ਹੁੰਦਾ, ਭੰਗੜੇ ਪਾਉਣੇ ਹੁੰਦੇ, ਸਭ ਰਿਸ਼ਤੇਦਾਰ ਪਹੁੰਚ ਜਾਂਦੇ। ਪਰ ਅੱਜ ਇਸ ਦੁੱਖ ਦੀ ਘੜੀ 'ਚ ਭੈਣ ਸੁਰਿੰਦਰ ਕੌਰ ਵਿਚਾਰੀ ਕਿੱਥੇ ਜੰਮੀ, ਕਿੱਥੇ ਜਾ ਕੇ ਇਹਨੇ ਆਪਣੇ ਜੀਵਨ ਦਾ ਵੱਡਾ ਹਿੱਸਾ ਬਤੀਤ ਕੀਤਾ। ਫਿਰ ਵਿਆਹ ਹੋਇਆ, ਵਿਆਹ ਤੋਂ ਬਾਅਦ ਬੱਚਾ ਹੋਇਆ, ਬੱਚਾ ਵੀ ਇਸ ਦੁਨੀਆ ਤੋਂ ਚਲਾ ਗਿਆ, ਤਲਾਕ ਹੋ ਗਿਆ। ਅੱਜ ਤੁਸੀਂ ਦੇਖ ਰਹੇ ਹੋ ਕੀ ਹੋਇਆ। ਤੇ ਇਹਦਾ ਭੈਣ ਦਾ ਅੰਤਿਮ ਸੰਸਕਾਰ ਅਸੀਂ ਇੱਥੇ ਪਿੰਡ ਹਸਨਪੁਰ ਸ਼ਮਸ਼ਾਨ ਘਾਟ 'ਚ ਕਰਨ ਲੱਗੇ ਹਾਂ, ਕਿਉਂਕਿ ਇਹਨਾਂ ਦੇ ਮਾਮਾ ਜੀ ਦੇ, ਇਹਨਾਂ ਦੇ ਬ੍ਰਦਰ ਨੇ ਸਾਨੂੰ ਇਹੀ ਜਾਣਕਾਰੀ ਦਿੱਤੀ ਵੀ ਅੱਗੇ ਸਾਨੂੰ ਕੋਈ ਵੀ ਬਾਂਹ ਫੜਨ ਵਾਲਾ ਜਾਂ ਮੂਹਰੇ ਨਾਲ ਲੱਗ ਕੇ ਸਾਰੇ ਕਾਰਜ ਕਰਾਉਣ ਵਾਲਾ ਨਹੀਂ ਹੈਗਾ, ਅਸੀਂ ਦੋਨੋਂ ਹੀ ਹਾਂ। ਵੀ ਕਿਉਂ ਨਾ ਤੁਸੀਂ ਸਾਡੀ ਸਪੋਰਟ ਕਰੋ, ਆਪਾਂ ਇੱਥੇ ਇਹਦੀ ਜਿਹੜੀ ਮਿੱਟੀ ਆ ਉਹ ਕਿਉਂ ਡਰੀਏ। ਅਤੇ ਭੈਣ ਸੁਰਿੰਦਰ ਕੌਰ ਜੀ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਵੀ ਕਰਿਓ ਸਾਰੇ। ਸੱਚੇ ਪਾਤਸ਼ਾਹ ਵਾਹਿਗੁਰੂ ਜੀ ਭੈਣ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ। ਪਿੱਛੇ ਮਾਮੇ ਭਾਣਜੇ ਨੂੰ ਭਾਣਾ ਮੰਨਣ ਦਾ ਬਲ ਬਖਸ਼। ਸਾਡੇ ਕਰਮਾਂ 'ਚ ਜਿੰਨੀ ਕੁ ਸੇਵਾ ਲਿਖੀ ਸੀਗੀ ਇਸ ਭੈਣ ਦੀ, ਅਸੀਂ ਵੀ ਆਪਣੇ ਵੱਲੋਂ ਕੋਸ਼ਿਸ਼ ਕੀਤੀ ਉਹ ਸੇਵਾ ਨੂੰ ਨਿਭਾਉਣ ਦੀ, ਪਰ ਫਿਰ ਵੀ ਕੋਈ ਕਮੀ ਰਹਿ ਗਈ ਹੋਵੇ, ਕੋਈ ਗਲਤੀ ਹੋਈ ਹੋਵੇ, ਸੱਚੇ ਪਾਤਸ਼ਾਹ ਤੁਸੀਂ ਜਾਣੀ ਜਾਣੋ, ਆਪਣੇ ਬੱਚਿਆਂ ਦੇ ਸਿਰ 'ਤੇ ਹੱਥ ਰੱਖਿਓ, ਮਾਫ਼ ਕਰਿਓ। ਹੁਣ ਗੁਰਸੇਵਕ ਸਿੰਘ ਜੀ ਅਰਦਾਸ ਕਰਨਗੇ, ਅਤੇ ਉਸ ਤੋਂ ਬਾਅਦ ਆਪਾਂ ਸ਼ਮਸ਼ਾਨ ਘਾਟ ਨੂੰ ਚਾਲੇ ਪਾਵਾਂਗੇ। ਬੋਲੋ ਜੀ ਵਾਹਿਗੁਰੂ। ਅਰਦਾਸ ਏਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਇ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ। ਆਪ ਜੀ ਦੀ ਬਾਣੀ ਦਾ ਫਰਮਾਨ ਹੈ, ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਏ, ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਦੇ ਮਹਾਂਕਾਸਾਰ। ਆਪ ਜੀ ਦੇ ਦਰ ਘਰ ਦੇ ਪ੍ਰੀਤਮਾਨ ਭੈਣ ਸੁਰਿੰਦਰ ਕੌਰ ਜੀ, ਜੋ ਕਿ ਬੀਤੇ ਕੁਝ ਦਿਨਾਂ ਤੋਂ ਅਕਾਲ ਚਲਾਣਾ ਕਰ ਗਏ ਹਨ, ਭੈਣ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਬੇਨਤੀ ਜੋਦੜੀ ਹੈ ਸੱਚੇ ਪਿਤਾ ਵਾਹਿਗੁਰੂ ਜੀਓ। ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਅਤੇ ਮਨੁੱਖਤਾ ਦੀ ਸੇਵਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਸੱਚੇ ਪਾਤਸ਼ਾਹ ਵਾਹਿਗੁਰੂ ਜੀਓ। ਹੁਣ ਸੰਸਕਾਰ ਦੀ ਤਿਆਰੀ ਹੈ, ਆਪ ਆਗਿਆ ਬਖਸ਼ੋ ਜੀ। ਉਹ ਜੋ ਜੀ ਆਪ ਜੀ ਦੇ ਦਰ 'ਤੇ ਆਵੇ ਸੋ ਰਾਜੀ ਜਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ। ਸਤ ਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ। ਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। 28 ਤਰੀਕ ਗੁਰਦੁਆਰਾ ਸਾਹਿਬ ਦੇ ਵਿੱਚ ਅੰਤਿਮ ਅਰਦਾਸ ਹੋਵੇਗੀ। ਜਿਹੜੇ ਵੀ ਮੇਰੇ ਭੈਣ ਭਰਾ ਸਾਨੂੰ ਸੋਸ਼ਲ ਮੀਡੀਆ ਰਾਹੀਂ ਸੁਣਦੇ ਆ, ਜੇ ਕੋਈ ਸੁਰਿੰਦਰ ਕੌਰ ਭੈਣ ਦਾ, ਕੋਈ ਮਾਮੇ ਭੂਆ ਮਾਸੀ ਚਾਚੇ ਤਾਏ ਦਾ ਪੁੱਤ, ਕੋਈ ਹੋਰ ਇਹਨੂੰ ਜਿਹੜਾ ਜਾਣਦਾ ਸੀ, ਕੋਈ ਸਹੁਰਿਆਂ ਵਾਲੇ ਪਾਸਿਓਂ ਕੋਈ ਵੀ ਇਹਦੀ ਅੰਤਿਮ ਅਰਦਾਸ ਸ਼ਾਮਿਲ ਹੋਣਾ ਚਾਹੁੰਦਾ ਤਾਂ ਜ਼ਰੂਰ ਪਿੰਡ ਹਸਨਪੁਰ, ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ, ਪਰਿਵਾਰ ਦੇ ਸੁਪਨਿਆਂ ਦੇ ਘਰ ਪਹੁੰਚਿਓ। ਉੱਥੋਂ ਅੱਗੇ ਆਪਾਂ ਪਿੰਡ ਗੁਰੂ ਘਰ ਦੇ ਵਿੱਚ ਅੰਤਿਮ ਅਰਦਾਸ ਹੋਵੇਗੀ, 1 ਤੋਂ 1:30 ਵਜੇ ਦੇ ਵਿੱਚ ਅਰਦਾਸ ਹੋਵੇਗੀ। ਜ਼ਰੂਰ ਸਾਰੇ ਦਰਸ਼ਨ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।